ਕਰ ਹੈ ਦਰਦ ਲਜ ਪਰਵਰ ਤੇ ਮੇਰਾ ਪੀਰ ਹੁਸੈਨ ਆਇਆ ਕਰ ਹੈ ਦਰ ਲਜ ਪਰਵਰ ਤੇ ਮੇਰਾ ਪੀਰ ਹੁਸੈਨ ਆਇਆ ਕਰ ਹੈ ਦਰ ਲਜ ਪਰਵਰ ਤੇ ਮੇਰਾ ਪੀਰ ਹੁਸੈਨ ਆਇਆ ਕਰ ਹੈ ਦਰ ਲਜ ਪਰਵਰ ਤੇ ਖੁਸ਼ ਬੈਠੋ ਜੀ ਸੁਭਾਨ ਅੱਲਾਹ ਘਰ ਹੈ ਦਰ ਲਜ ਪਰਵਰ ਤੇ ਮੇਰਾ ਪੀਰ ਹੁਸੈਨ ਆਇਆ ਜਸ਼ਨ ਮਨਾਓ ਸੇਰੇ ਗਾਓ ਸਹਾਰਾ ਪਾਕ ਦਾ ਚੈਨ ਆਇਆ ਜਸ਼ਨ ਮਨਾਓ ਸੇਰੇ ਗਾਓ ਜਸ਼ਨ ਮਨਾਓ ਸੇਰੇ ਗਾਓ ਸਹਾਰਾ ਪਾਕ ਦਾ ਚੈਨ ਜਨਾਬ ਹੁਸੈਨ ਪਾਕ ਕਿਤਨੀ ਵੱਡੀ ਸ਼ਾਨ ਦੇ ਮਾਲਕ ਹੈ, ਜਿਸ ਨੂੰ ਗੁੱਟੀ ਦੇਣ ਵਾਲੇ ਇਮਾਮ ਅਲ ਅੰਬੀਆ ਹੈ, ਔਰ ਕਿਸ ਰੰਗ ਚ ਤਾਂ ਫਰਮਾਈ ਗੁੱਟੀ ਦੇ ਤੋਂ ਜਿਹੜੇ ਸ਼ੇਰ ਦੇ ਅਜ਼ਮਤ ਪਾਈ ਹੈ ਵੇਖੋ ਮੇਰੇ ਪੀਰ ਹੁਸੈਨ ਤੇ ਕੈਸੀ ਅਜ਼ਮਤ ਪਾਈ ਹੈ ਆਖੇ ਪਾਕ ਨਬੀ ਨੇ ਆਪਣੇ ਪਾਕ ਜ਼ੁਬਾਨ ਚੁਸਾਈ ਹੈ ਆਖੇ ਪਾਕ ਨਬੀ ਨੇ ਆਪਣੇ ਪਾਕ ਜ਼ੁਬਾਨ ਚੁਸਾਈ ਹੈ ਉਹ ਜ਼ੁਬਾਨ ਚੁਸਾਈਏ ਜਿਸਬਾਨ ਤੇ ਮੇਰਾ ਅੱਲਾ ਬੋਲਦਾ ਹੈ, ਜਿਸਬਾਨ ਨੂੰ ਕੁਰਾਨ ਆਖਿਆ ਵਾ ਮਾ ਯੰਤਿਕੁ ਅਨਿਲ ਹਵਾ ਇਨ ਹੁਵਾ ਇਲਾ ਵਹਯੂ ਯੂਹਾ ਆਕੇ ਪਾਕ ਨਬੀ ਨੇ ਆਪਣੇ ਪਾਕ ਜ਼ੁਬਾਨ ਚੁਸਾਏ ਹੈ ਆਕੇ ਪਾਕ ਨਬੀ ਨੇ ਆਪਣੇ ਪਾਕ ਜ਼ੁਬਾਨ ਚੁਸਾਏ ਹੈ ਔਰ ਨਬੀ ਪਾਕ ਨੇ ਆਪਣੇ ਪਾਕ ਨਵਾਸੇ ਨੂੰ ਜਦੁੱਲਾ ਵਾਲੇ ਹੱਥਾਂ ਤੇ ਚਾਇਆ ਹੋਇਆ ਹੈ। ਵਾ ਭਗਵਾ ਫਰਮਾਨ ਕਦੀ ਪੇਸ਼ਾਨੀ ਚੁੰਮਦੇ ਕਦੀ ਗਰਦਨ ਚੁੰਮਦੇ ਤੇ ਆਪਨੇ ਜਨਾਬ ਹੁਸੈਨ ਪਾਕ ਦਾ ਨਾਂ ਲਫ਼ਜ਼ ਹੁਸੈਨ ਖੁਦ ਰੱਖਿਆ ਤੇ ਫਰਮਾਇਆ ਕਿ ਐਸਾ ਨਾਂ ਹੈ ਜਿਹੜਾ ਜਨਾਬ ਹੁਸੈਨ ਪਾਕ ਦੀ ਵਿਲਾਦਤ ਤੋਂ ਪਹਿਲੇ ਕਾਇਨਾਤ ਵਿੱਚ ਕਿਸੇ ਦਾ ਨਾਂ ਆਈ ਤੋ ਸ਼ੇਰ ਅਰਜ਼ੇ ਨਬਿਆ ਤੇ ਸਰਦਾਰ ਨਬੀ ਹੈ ਆਪ ਦਾ ਸੋਹਣਾ ਨਾਂ ਰੱਖਿਆ ਨਬਿਆ ਤੇ ਸਰਦਾਰ ਨਬੀ ਹੈ ਆਪ ਦਾ ਸੋਹਣਾ ਨਾਂ ਰੱਖਿਆ ਅਲ ਹੁਸੈਨ ਕਿਸ ਅਜ਼ੀਮ ਹਸਤੀ ਦੀ ਆਮਦੇ ਹੱਕ ਤੇ ਬਾਤਲ ਦੇ ਵਿੱਚ ਫਰਕ ਦਸਾਵਣ ਵਾਲਾ ਆਇਆ ਹੈ ਹੱਕ ਤੇ ਬਾਤਲ ਦੇ ਵਿੱਚ ਫਰਕ ਦਸਾਵਣ ਵਾਲਾ ਆਇਆ ਹੈ ਉਹ ਖੜ ਕੇ ਨੇਜ਼ੇ ਤੇ ਕੁਰਾਨ ਸੁਣਾਵਣ ਵਾਲਾ ਆਇਆ ਹੈ ਖੜ ਕੇ ਨੇਜ਼ੇ ਤੇ ਕੁਰਾਨ ਸੁਣਾ ਜਗ
پیر حسین دا مگتا بڑھ کے جگ دے رہنا ہے او کلت پرین چال رسول دا سیرے پڑھ دے جانا ہے کلت پرین چال رسول